ਜਿਹੜੇ ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਸੇ ਸਮੇਂ, ਅੱਜ ਉਹ ਸ਼ਰਾਬ ਦੀ ਪਾਲਿਸੀ ਤੇ ਕਮਿਟ ਕਰ ਰਹੇ ਨੇ। ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ, ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਰਹੇ ਨੇ, ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਪੱਬਾਂ ਪਾਰ ਨੇ। ਪੰਜਾਬ ਜਾਣਦਾ ਹੈਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿੱਡੇ ਵੱਡੇ ਸੁਧਾਰ ਹੋ ਰਹੇ ਨੇ। ਅੱਜ ਪੰਜਾਬ ਦੀ ਆਮਦਨ ਜਿਹੜੀ ਆ ਉਹਦੇ ਚੌਖਾ ਵਾਧਾ ਹੋਇਆ ਗਾ। ਅੱਜ ਪੰਜਾਬ ਦੀ ਜਿਸ ਐਕਸਾਈਜ਼ ਪਾਲਿਸੀ ਦੀ ਗੱਲ ਕਾਂਗਰਸ ਹੀ ਕਰ ਰਹੇ ਨੇ, ਜਿਸ ਐਕਸਾਈਜ਼ ਪਾਲਿਸੀ ਦੀ ਗੱਲ ਅਕਾਲੀ ਦਲ ਬੀਜੇਪੀ ਵਾਲੇ ਕਰ ਰਹੇ ਨੇ, ਉਸ ਪਾਲਿਸੀ 'ਚ ਸੁਧਾਰ ਲਿਆ ਕੇ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਬਦਲਾਅ ਕੀਤਾ ਗਾ। ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਸੇ ਸਮੇਂ, ਅੱਜ ਉਹ ਸ਼ਰਾਬ ਦੀ ਪਾਲਿਸੀ ਤੇ ਕਮਿਟ ਕਰ ਰਹੇ ਨੇ। ਪੰਜਾਬ ਦੇ ਅੰਦਰ ਉਹਨਾਂ ਦੇ ਸਮੇਂ ਦੇ ਵਿੱਚ 6,000 ਕਰੋੜ ਦੀ ਆਮਦਨ ਹੁੰਦੀ ਸੀ, ਪਰ ਲੇਕਿਨ ਅੱਜ ਉਹ ਆਮਦਨ ਵੱਧ ਕੇ 10,000 ਕਰੋੜ ਦਾ ਅੰਕੜਾ ਪਾਰ ਕਰ ਗਈ। ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਅਤੇ ਨੇਕ ਨੀਤੀ ਦੀ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਆ। ਅਰਵਿੰਦ ਕੇਜਰੀਵਾਲ ਜੀ ਨੂੰ ਉਡੀਕ ਰਹੇ ਨੇ ਪੰਜਾਬ ਦੇ ਲੋਕ, ਕਿਉਂਕਿ ਇੱਕ ਝੂਠੇ ਫਰਜ਼ੀ ਕੇਸ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਫੜਿਆ ਸੀਗਾ, ਆਨਰੇਬਲ ਸੁਪਰੀਮ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਅੱਜ ਉਹ ਪੰਜਾਬ 'ਚ ਪਹਿਲੀ ਵਾਰ ਆ ਰਹੇ ਨੇਗੇ। ਆਉਣ ਵਾਲੇ ਸਮੇਂ 'ਚ ਉਹਨਾਂ ਦਾ ਲੋਕ ਭਰਵਾਂ ਸਵਾਗਤ ਕਰ ਰਹੇ ਨੇਗੇ। ਪਰ ਲੇਕਿਨ ਦੂਜੇ ਪਾਸੇ ਚੰਨੀ ਸਾਹਿਬ ਵਰਗੇ ਉਹ ਬੰਦੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇਗੇ, ਜਿਨ੍ਹਾਂ ਦੇ ਸਮੇਂ ਵਿੱਚ ਜਦੋਂ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ, ਉਹਨਾਂ ਦੇ ਭਤੀਜੇ ਕੋਲੋਂ ਕਿੱਡੀ ਵੱਡੀ ਨਗਦੀ ਪ੍ਰਾਪਤ ਹੋਈ ਸੀ, ਕਿੱਡੀ ਵੱਡੀ ਰਿਸ਼ਵਤ ਦੇ ਪੈਸੇ ਪ੍ਰਾਪਤ ਹੋਏ ਸੀ, ਇਹ ਪੰਜਾਬ ਜਾਣਦਾ ਗਾ ਕਿ ਪੰਜਾਬ ਨੂੰ ਕਿਹਨੇ ਲੁੱਟਿਆ ਗਾ। ਪੰਜਾਬ ਨੂੰ ਕਾਂਗਰਸ ਪਾਰਟੀ ਦੇ ਸਮੇਂ ਰੱਜ ਕੇ ਲੁੱਟਿਆ ਗਿਆ, ਪੰਜਾਬ ਨੂੰ ਬਰਬਾਦ ਕੀਤਾ ਗਿਆ, ਪੰਜਾਬ ਦਾ ਨੌਜਵਾਨ ਸੜਕਾਂ 'ਤੇ ਸੀਗਾ, ਅੱਜ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਕਿਹਨੇ ਦਿੱਤੀਆਂ ਨੇਗੀਆਂ? ਸਰਦਾਰ ਭਗਵੰਤ ਸਿੰਘ ਮਾਨ ਜੀ ਨੇ। ਸੋ ਮੈਂ ਸਮਝਦਾ ਗਾ ਕਿ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਲੋਕ ਬਹੁਤ ਭਰਵਾਂ ਸਵਾਗਤ ਕਰ ਰਹੇ ਨੇਗੇ, ਔਰ ਅੰਮ੍ਰਿਤਸਰ ਦੇ ਵਿੱਚ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਆ ਰਹੇ ਨੇਗੇ, ਔਰ ਪੂਰੇ ਪੰਜਾਬ ਦੇ ਵਲੰਟੀਅਰ, ਆਮ ਆਦਮੀ ਪਾਰਟੀ ਦੇ ਸਾਰੇ MLA ਸਾਹਿਬਾਨ, ਮੰਤਰੀ ਸਾਹਿਬਾਨ, ਉਹਨਾਂ ਦਾ ਜਿਹੜਾ ਪੱਬਾਂ ਭਾਰ ਹੋ ਕੇ ਉਹਨਾਂ ਦਾ ਸਵਾਗਤ ਕਰਨਗੇ। ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਸੇ ਸਮੇਂ, ਅੱਜ ਉਹ ਸ਼ਰਾਬ ਦੀ ਪਾਲਿਸੀ ਤੇ ਕਮਿਟ ਕਰ ਰਹੇ ਨੇਗੇ। ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ, ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਰਹੇ ਨੇ, ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਪੱਬਾਂ ਪਾਰ ਨੇ। ਪੰਜਾਬ ਜਾਣਦਾ ਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿੱਡੇ ਵੱਡੇ ਸੁਧਾਰ ਹੋ ਰਹੇ ਨੇਗੇ। ਅੱਜ ਪੰਜਾਬ ਦੀ ਆਮਦਨ ਜਿਹੜੀ ਆ ਉਹਦੇ ਚੌਖਾ ਵਾਧਾ ਹੋਇਆ ਗਾ। ਅੱਜ ਪੰਜਾਬ ਦੀ ਜਿਸ ਐਕਸਾਈਜ਼ ਪਾਲਿਸੀ ਦੀ ਗੱਲ ਕਾਂਗਰਸ ਹੀ ਕਰ ਰਹੇ ਨੇ, ਜਿਸ ਐਕਸਾਈਜ਼ ਪਾਲਿਸੀ ਦੀ ਗੱਲ ਅਕਾਲੀ ਦਲ ਬੀਜੇਪੀ ਵਾਲੇ ਕਰ ਰਹੇ ਨੇਗੇ, ਉਸ ਪਾਲਿਸੀ 'ਚ ਸੁਧਾਰ ਲਿਆ ਕੇ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਬਦਲਾਅ ਕੀਤਾ ਗਾ। ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਸੇ ਸਮੇਂ, ਅੱਜ ਉਹ ਸ਼ਰਾਬ ਦੀ ਪਾਲਿਸੀ ਤੇ ਕਮਿਟ ਕਰ ਰਹੇ ਨੇਗੇ। ਪੰਜਾਬ ਦੇ ਅੰਦਰ ਉਹਨਾਂ ਦੇ ਸਮੇਂ ਦੇ ਵਿੱਚ 6,000 ਕਰੋੜ ਦੀ ਆਮਦਨ ਹੁੰਦੀ ਸੀ, ਪਰ ਲੇਕਿਨ ਅੱਜ ਉਹ ਆਮਦਨ ਵੱਧ ਕੇ 10,000 ਕਰੋੜ ਦਾ ਅੰਕੜਾ ਪਾਰ ਕਰ ਗਈ। ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਅਤੇ ਨੇਕ ਨੀਤੀ ਦੀ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਆ। ਅਰਵਿੰਦ ਕੇਜਰੀਵਾਲ ਜੀ ਨੂੰ ਉਡੀਕ ਰਹੇ ਨੇ ਪੰਜਾਬ ਦੇ ਲੋਕ, ਕਿਉਂਕਿ ਇੱਕ ਝੂਠੇ ਫਰਜ਼ੀ ਕੇਸ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਫੜਿਆ ਸੀਗਾ, ਆਨਰੇਬਲ ਸੁਪਰੀਮ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਅੱਜ ਉਹ ਪੰਜਾਬ 'ਚ ਪਹਿਲੀ ਵਾਰ ਆ ਰਹੇ ਨੇਗੇ। ਆਉਣ ਵਾਲੇ ਸਮੇਂ 'ਚ ਉਹਨਾਂ ਦਾ ਲੋਕ ਭਰਵਾਂ ਸਵਾਗਤ ਕਰ ਰਹੇ ਨੇਗੇ। ਪਰ ਲੇਕਿਨ ਦੂਜੇ ਪਾਸੇ ਚੰਨੀ ਸਾਹਿਬ ਵਰਗੇ ਉਹ ਬੰਦੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇਗੇ, ਜਿਨ੍ਹਾਂ ਦੇ ਸਮੇਂ ਵਿੱਚ ਜਦੋਂ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ, ਉਹਨਾਂ ਦੇ ਭਤੀਜੇ ਕੋਲੋਂ ਕਿੱਡੀ ਵੱਡੀ ਨਗਦੀ ਪ੍ਰਾਪਤ ਹੋਈ ਸੀ, ਕਿੱਡੀ ਵੱਡੀ ਰਿਸ਼ਵਤ ਦੇ ਪੈਸੇ ਪ੍ਰਾਪਤ ਹੋਏ ਸੀ, ਇਹ ਪੰਜਾਬ ਜਾਣਦਾ ਗਾ ਕਿ ਪੰਜਾਬ ਨੂੰ ਕਿਹਨੇ ਲੁੱਟਿਆ ਗਾ। ਪੰਜਾਬ ਨੂੰ ਕਾਂਗਰਸ ਪਾਰਟੀ ਦੇ ਸਮੇਂ ਰੱਜ ਕੇ ਲੁੱਟਿਆ ਗਿਆ, ਪੰਜਾਬ ਨੂੰ ਬਰਬਾਦ ਕੀਤਾ ਗਿਆ, ਪੰਜਾਬ ਦਾ ਨੌਜਵਾਨ ਸੜਕਾਂ 'ਤੇ ਸੀਗਾ, ਅੱਜ ਪੰਜਾਬ ਦੇ ਨੌਜਵਾਨ ਨੂੰ
ਨੌਕਰੀਆਂ ਕਿਹੜੀ ਦਿੱਤੀਆਂ ਨੇਗੀਆਂ? ਸਰਦਾਰ ਭਗਵੰਤ ਸਿੰਘ ਮਾਨ ਜੀ ਨੇ। ਸੋ ਮੈਂ ਸਮਝਦਾ ਗਾ ਕਿ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਲੋਕ ਬਹੁਤ ਭਰਵਾਂ ਸਵਾਗਤ ਕਰ ਰਹੇ ਨੇਗੇ, ਔਰ ਅੰਮ੍ਰਿਤਸਰ ਦੇ ਵਿੱਚ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਆ ਰਹੇ ਨੇਗੇ, ਔਰ ਪੂਰੇ ਪੰਜਾਬ ਦੇ ਵਲੰਟੀਅਰ, ਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਸਾਹਿਬਾਨ, ਮੰਤਰੀ ਸਾਹਿਬਾਨ, ਉਹਨਾਂ ਦਾ ਜਿਹੜਾ ਪੱਬਾਂ ਭਾਰ ਹੋ ਕੇ ਉਹਨਾਂ ਦਾ ਸਵਾਗਤ ਕਰਨਗੇ।